फिरोजपुर जिले के थाना कैंट फिरोजपुर विच तैनात कॉन्सटेबल अमनदीप कौर दा शेरशाह वाली चौंक फिरोजपुर विखे पुलिस मुलाजम गुरसेवक सिंह वालों गोली मार के किया गया कतल। दसिया जाता है कि दोनों ही मुलाजम अपनी रात के समय की ड्यूटी पूरी करके घर वापस जा रहे सन। दस दईए कि गुरसेवक ने भी अपने आप नूं गोली मार के खुदकुशी कर ली। दोनों परिवारों के विच है दुख का माहौल। पुलिस वालों तफ्तीश जारी है। रोहित चौधरी की विशेष रिपोर्ट। ਸਾਡੇ ਸੀ ਸੀ ਓਪਰੇਟਰ ਸੀ ਕੈਂਟ ਫਿਰੋਜ਼ਪੁਰ 'ਚ ਅਤੇ ਇਹ ਰਾਤ ਨੂੰ ਆਪਣਾ 12 ਵਜੇ ਡਿਊਟੀ ਖਤਮ ਕਰਕੇ ਘਰ ਰੋਟੀ ਖਾਣ ਲਈ ਜਾ ਰਹੀ ਸੀ। 6-6 ਵਜੇ ਚੌਂਕ 'ਚੋਂ ਇਹਨੂੰ ਗੁਰਸੇਵਕ ਸਿੰਘ ਹੈ ਕੋਈ ਕਰਮਚਾਰੀ ਸਾਡਾ ਪੁਲਿਸ ਕਰਮਚਾਰੀ ਆ ਉਹਨੇ ਆਪਣੀ ਸਾਲਟ ਰਾਈਫਲ ਨਾਲ ਇਹਨੂੰ ਗੋਲੀਆਂ ਮਾਰ ਕੇ ਮਾਰਤਾ। ਇਹ ਗੁਰਸੇਵਕ ਕਿੱਥੇ ਤੈਨਾਤ ਹੈਗਾ ਸੀਗਾ ਅਤੇ ਅਮਨਦੀਪ ਕਿੱਥੇ ਤੈਨਾਤ ਹੈਗੀ ਸੀ? ਅਮਨਦੀਪ ਸਾਡੇ ਕੈਂਟ ਥਾਣੇ ਤੈਨਾਤ ਸੀ, ਗੁਰਸੇਵਕ ਪੁਲਿਸ ਰੇਂਜ 'ਚ ਤੈਨਾਤ ਸੀ। ਸਰ ਮਾਮਲਾ ਕੀ ਸੀਗਾ ਜਿਹਨੂੰ ਲੈ ਕੇ ਐਡਾ ਮਾਮਲਾ ਬਣ ਗਿਆ? ਅਜੇ ਤਫਤੀਸ਼ ਜਾਰੀ ਹੈ ਜੀ। ਸਰ ਆਪਸ 'ਚ ਮਤਲਬ ਇੱਕ ਦੂਜੇ ਨੂੰ ਵਾਕਫ ਸੀਗੇ ਜਾਂ ਮਤਲਬ ਕਿ ਜਾਣ ਪਛਾਣ ਹੈਗੀ ਸੀ? ਜਾਣ ਪਛਾਣ ਤਾਂ ਮੈਂ ਕਿਵੇਂ ਹੁੰਦੀ ਹੈ, ਪਰ ਅਜੇ ਤਫਤੀਸ਼ ਜਾਰੀ ਇਹਦੀ ਵੀ ਕੀ ਗੱਲ ਹੈ। ਤਾਂ ਇਹ ਕਿੱਥੋਂ ਦੇ ਰਹਿਣ ਵਾਲੇ ਹੈਗੇ ਸੀਗੇ? ਇਹ ਛੂਛਕ ਪਿੰਡ ਦੀ ਸੀ ਲੜਕੀ ਅਤੇ ਜਿਹੜਾ ਲੜਕਾ ਹੈ ਮਾਰਨ ਕੇ ਸਿਆਲ ਦਾ ਸੀ। ਇਹ ਮੋਗੇ ਜ਼ਿਲ੍ਹੇ ਦਾ? ਨਹੀਂ ਨਹੀਂ ਜੀ, ਜੇ ਮੱਲਾਲੇ ਥਾਣੇ 'ਚ ਛੂਛਕ ਪਿੰਡ ਲੜਕਾ ਫਿਰੋਜ਼ਪੁਰ 'ਚ ਸਦਰ ਥਾਣੇ 'ਚ ਨਾਨਕ ਸਿਆਲ। ਸਰ ਅਤੇ ਗੋਲੀ ਕਿੱਥੇ ਮਾਰੀ ਹੈ ਲੜਕੇ ਨੇ ਵੀ ਆਪਣੇ ਆਪ ਨੂੰ? ਉਹਨੇ ਤਲਵੰਡੀ ਭਾਈ ਕੋਲ ਮਾਰੀ ਗੋਲੀ। ਸਰ ਉਹਦੀ ਡੈਡ ਬੋਡੀ ਤਾਂ ਇੱਥੇ ਫਿਰੋਜ਼ਪੁਰ ਨਹੀਂ ਹੈਗੀ, ਉਹ ਕਿੱਥੇ? ਉਹਦੀ ਮੋਗੇ ਸਿਵਲ ਹਸਪਤਾਲ 'ਚ। ਹੁਣ ਕਿਸ ਤਰ੍ਹਾਂ ਜਾਂਚ ਹੋ ਰਹੀ ਹੈ ਸਰ? ਬਸ ਤਫਤੀਸ਼ ਕਰ ਰਹੇ ਹਲੇ, ਮਾਮਲੇ ਦਾ ਕੋਈ ਪਤਾ ਨਹੀਂ ਲੱਗ ਸਕਦਾ। ਹਾਂਜੀ ਹਾਂਜੀ। ਸਾਡੇ ਕੋਲ ਰਾਤੀ ਇੱਕ ਫੀਮੇਲ ਪੇਸ਼ੈਂਟ ਅਮਨਪ੍ਰੀਤ ਕੌਰ, ਡਾਟਰ ਆਫ ਮੇਜਰ ਸਿੰਘ, 25 ਸਾਲ ਉਮਰ ਆਏ ਸੀਗੇ 12:30 ਦੇ ਕਰੀਬ ਰਾਤ ਨੂੰ, ਅਤੇ ਉਹਨਾਂ ਨੂੰ ਬਰੋਡ ਡੈਡ ਡਿਕਲੇਅਰ ਕਰਕੇ ਮੋਰਚਰੀ 'ਚ ਬੋਡੀ ਸ਼ਿਫਟ ਕਰਾ ਦਿੱਤੀ ਸੀ। ਬਾਕੀ ਦੀ ਡਿਟੇਲਸ ਪੋਸਟਮਾਰਟਮ ਤੋਂ ਬਾਅਦ ਪਤਾ ਚੱਲਿਆ। ਸਰ ਗੋਲੀਆਂ ਵੱਜੀਆਂ ਦਾ ਦੱਸਿਆ? ਹਾਂਜੀ।